ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਟੜ ਸਮਰਥਕ ਅਤੇ ਆਰਐਸਐਸ ਕਾਰਕੁਨ ਆਗਰਾ ਨਿਵਾਸੀ ਅਮਿਤ ਜੈਸਵਾਲ ਕਰੋਨਾ ਦੀ ਚਪੇਟ ਵਿੱਚ ਆ ਕੇ ਦਮ ਤੋੜ ਗਿਆ ਪ੍ਰਧਾਨ ਮੰਤਰੀ ਮੋਦੀ ਨੂੰ ਟਵਿੱਟਰ ਤੇ ਜਾਨ ਬਚਾਉਣ ਦੀ ਲਾਈ ਗੁਹਾਰ ਵੀ ਕੰਮ ਨਹੀਂ ਆਈ ਜਿਸ ਮੋਦੀ ਸਰਕਾਰ ਦੇ ਗੁਣਗਾਣ ਉਹ ਤਾਂ ਉਮਰ ਕਰਦਾ ਰਿਹਾ ਅੰਤ ਚ ਕੋਈ ਨਾਲ ਨਹੀਂ ਸੀ ਪਰਿਵਾਰ ਹੁਣ ਗੁੱਸੇ ਵਿੱਚ ਹੈ ਉਸ ਦੀ ਕਾਰ ਦੇ ਪਿੱਛੇ ਪ੍ਰਧਾਨ ਮੰਤਰੀ ਮੋਦੀ ਦੀ ਹਮਾਇਤ ਵਾਲਾ ਪੋਸਟਰ ਹੁਣ ਉਸ ਦੀ ਭੈਣ ਨੇ ਪਾੜ ਦਿੱਤਾ ਹੈ ਪਰਿਵਾਰ ਆਗਰਾ ਵਿੱਚ ਉਸ ਲਈ ਇੱਕ ਹਸਪਤਾਲ ਦਾ ਬੈੱਡ ਤੱਕ ਹਾਸਲ ਕਰਨ ਵਿੱਚ ਨਾਕਾਮ ਰਿਹਾ ਸੀ ਅਦੇ ਉਮੀਦ ਕੀਤੀ ਜਾਂਦੀ ਸੀ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਨੂੰ ਅਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਟੈਗ ਲਗਾ ਕੇ ਜੈਸਵਾਲ ਦੇ ਖਾਤੇ ਵਿੱਚ ਇੱਕ ਟਵੀਟ ਪੋਸਟ ਕੀਤਾ ਗਿਆ ਸੀ ਅਦੇ ਰੈਡਮੈਸ ਵੀਰ ਟੀਕੇ ਲਾਉਣ ਵਿੱਚ ਮਦਦ ਮੰਗੀ ਸੀ ਪੋਸਟ ਨੇ ਇਹ ਵੀ ਕਿਹਾ ਸੀ ਕਿ ਉਸ ਦੇ ਇਲਾਜ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਕੋਵਿਡ ਪੋਜ਼ਿਟਿਵ ਟੈਸਟ ਆਉਣ ਤੋਂ 10 ਦਿਨ ਬਾਅਦ 42 ਸਾਲ ਦੇ ਅਮਿਤ ਦੀ ਮੌਤ ਹੋ ਗਈ ਅਤੇ ਵਾਇਰਸ ਨੇ ਕੁਝ ਦਿਨ ਬਾਅਦ ਉਸ ਦੀ ਮਾਂ ਦੀ ਵੀ ਜਾਨ ਲੈ ਲਈ ਜਿਸ ਵਾਲ ਦੇ ਪਰਿਵਾਰ ਨੇ ਉਸ ਨੂੰ ਸਵੈ ਘੋਸ਼ਿਤ ਕੀਤਾ ਮੋਦੀ ਭਗਤ ਕਿਹਾ ਉਸ ਦੀ ਵਟਸਐਪ ਡਿਸਪਲੇ ਫੋਟੋ ਪ੍ਰਧਾਨ ਮੰਤਰੀ ਮੋਦੀ ਦੀ ਹੈ ਉਹ ਆਪਣੇ ਟਵਿੱਟਰ ਬਾਇਓ ਤੇ ਮਾਂ ਨਾਲ ਮੋਦੀ ਸਮਰਥਕ ਐਲਾਨ ਰਿਹਾ ਹੈ ਇਹ ਸਭ ਨੇ ਉਸ ਦੇ ਪਰਿਵਾਰ ਨੂੰ ਇਹ ਉਮੀਦ ਦਿੱਤੀ ਕੇ ਪ੍ਰਧਾਨ ਮੰਤਰੀ ਜਾਂ ਰਾਜ ਸਰਕਾਰ ਉਸਦੀ ਮਦਦ ਜ਼ਰੂਰ ਕਰਨਗੇ ਸੋਨੂੰ ਅਲਾਗ ਅਮਿਤ ਜੈਸਵਾਲ ਦੀ ਭੈਣ ਇਹ ਦੱਸਣਾ ਚਾਹੁੰਦੀ ਹੈ ਕਿ ਅਸੀਂ ਰੈਮਡਿਸਵੇਅਰ ਦੇ ਪ੍ਰਬੰਧ ਅਤੇ ਇਲਾਜ ਸੰਬੰਧੀ ਮੁੱਦਿਆਂ ਦਾ ਸਾਹਮਣਾ ਕਰ ਰਹੇ ਹਾਂ ਉਹ ਮੈਉਰਾ ਦੇ ਨੈ蒂 ਹਸਪਤਾਲ ਵਿੱਚ ਦਾਖਲ ਹਨ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ ਉਹਨਾਂ ਨੇ ਆਪਣੇ ਟਵੀਟ ਵਿੱਚ ਪੀਐਮਓ ਇੰਡੀਆ ਨਰਿੰਦਰ ਮੋਦੀ ਯੋਗੀ ਅਦਿੱਤਿਆਨਾਥ ਨੂੰ ਬਕਾਇਦਾ ਮੋਬਾਈਲ ਨੰਬਰ ਦੇ ਕੇ ਟੈਗ ਕੀਤਾ ਸੀ 29 ਅਪ੍ਰੈਲ ਦੀ ਸਵੇਰੇ ਉਸ ਦੀ ਮੌਤ ਮਥਰਾ ਦੇ ਨੈ蒂 ਹਸਪਤਾਲ ਵਿੱਚ ਹੋਈ ਜਿੱਥੇ ਪਰਿਵਾਰ ਨੇ ਉਸ ਨੂੰ 9 ਦਿਨ ਪਹਿਲਾਂ ਦਾਖਲ ਕਰਵਾਇਆ ਸੀ ਉਸੇ ਦਿਨ ਸੋਨੂੰ ਉਸ ਦੇ ਪਤੀ ਰਜਿੰਦਰ ਨੇ ਆਪਣੀ ਕਾਰ ਤੋਂ ਮੋਦੀ ਦਾ ਪੋਸਟਰ ਪਾੜ ਦਿੱਤਾ ਗੁੱਸੇ 'ਚ ਆਏ ਜੋੜੇ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਦੀ ਉਦਾਸੀਨਤਾ ਲਈ ਕਦੇ ਆਪ ਨਹੀਂ ਕਰਨਗੇ ਅਮਿਤ ਨੇ ساری ਜ਼ਿੰਦਗੀ ਪ੍ਰਧਾਨ ਮੰਤਰੀ ਮੋਦੀ ਲਈ ਲਗਾ ਦਿੱਤੀ ਪਰ ਮੋਦੀ ਨੇ ਸਾਨੂੰ ਕੀ ਸਿਲਾ ਦਿੱਤਾ ਐਸੇ ਪ੍ਰਧਾਨ ਮੰਤਰੀ ਦੀ ਸਾਨੂੰ ਕੀ ਲੋੜ ਹੈ ਅਸੀਂ ਉਸਦੇ ਪੋਸਟਰ ਨੂੰ ਹਟਾ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਆਪਣੇ ਭਰਾ ਨੂੰ ਗਵਾਉਣ ਦੇ 10 ਦਿਨ ਬਾਅਦ ਸੋਨੂ ਨੇ ਆਪਣੀ ਮਾਂ ਨੂੰ ਵੀ ਗਵਾ ਦਿੱਤਾ 9 ਮਈ ਨੂੰ ਸੋਨੂ ਅਤੇ ਰਜਿੰਦਰ ਨੇ ਕਿਹਾ ਕਿ ਕੁਝ ਹਫ਼ਤਿਆਂ ਦੇ ਬਾਅਦ ਉਹਨਾਂ ਦੀ ਜ਼ਿੰਦਗੀ ਬਦਲ ਗਈ ਹੈ ਅਮਿਤ ਜੈਸਵਾਲ ਦਾ ਇਸ਼ਤਿਹਾਰਾਂ ਲਈ ਬੋਰਡ ਅਤੇ ਬੈਨਰ ਬਣਾਉਣ ਦਾ ਕਾਰੋਬਾਰ ਸੀ ਉਸਦੀ ਭੈਣ ਮੁਤਾਬਕ ਉਹ ਆਰਐਸਐਸ ਵਰਕਰ ਨੂੰ ਵੀ ਸਮਰਪਿਤ ਸੀ ਜੋ ਬਚਪਨ ਤੋਂ ਹੀ ਆਗਰਾ ਦੇ ਆਸ-ਪਾਸ ਅਤੇ ਆਲੇ ਦੁਆਲੇ ਦੇ ਹਰ ਸੰਗ ਵਿੱਚ ਜਾਂਦਾ ਸੀ ਦਸੰਬਰ 2020 ਵਿੱਚ ਉਸਨੇ ਨਿਰਮਾਣ ਅਧੀਨ RAM ਮੰਦਰ ਵਾਲੀ ਜਗ੍ਹਾ ਤੇ ਪੂਜਾ ਕਰਨ ਲਈ ਅਯੁੱਧਿਆ ਦੀ ਯਾਤਰਾ ਕੀਤੀ ਸੀ ਅਤੇ ਸ਼ਹਿਰ ਦੇ ਆਸ-ਪਾਸ LED ਬੋਰਡ ਬਣਾ ਕੇ RAM ਜਨਮ ਭੂਮੀ ਬਾਰੇ ਲਗਾਏ ਸਨ ਉਹ ਅਯੁੱਧਿਆ ਵਿੱਚ ਬੋਰਡ ਮੁਫਤ ਲਗਾਉਣਾ ਚਾਹੁੰਦੇ ਸਨ ਅਮਿਤ ਅਤੇ ਉਸਦੀ ਮਾਂ ਰਾਜ ਕਮਲ ਜੈਸਵਾਲ ਦੋਵਾਂ ਨੇ 19 April ਨੂੰ ਪੋਜ਼ਿਟਿਵ ਟੈਸਟ ਆਉਣ ਤੋਂ ਬਾਅਦ ਸੋਨੂ ਅਤੇ ਰਜਿੰਦਰ ਨੇ ਉਹਨਾਂ ਨੂੰ ਆਗਰਾ ਦੇ ਕਈ ਹਸਪਤਾਲਾਂ ਵਿੱਚ ਦਾਖਲ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਵੀ ਬੈੱਡ ਨਹੀਂ ਲੱਭਣ ਦੇ ਬਾਅਦ ਉਹਨਾਂ ਨੂੰ ਨੇੜਲੇ ਮਾਥਰਾ ਲੈ ਗਏ ਇੱਕ ਹਫਤੇ ਮਾਤਰਾ ਦੇ ਹਸਪਤਾਲ ਨੇ ਪਰਿਵਾਰ ਨੂੰ ਤੁਰੰਤ ਮਾਂ ਪੁੱਤਰ ਦੀ ਜੋੜੀ ਲਈ ਰੈਮਡੀਸਵਿਰ ਟੀਕੇ ਦਾ ਪ੍ਰਬੰਧ ਕਰਨ ਲਈ ਕਿਹਾ ਸੋਨੂ ਨੇ ਜੈਸਵਾਲ ਦੇ ਟਵਿੱਟਰ ਹੈਂਡਲ ਵਿੱਚ ਲੌਗਇਨ ਕੀਤਾ ਅਤੇ ਮਦਦ ਦੀ ਬੇਨਤੀ ਕਰਦਿਆਂ ਇੱਕ ਸੰਦੇਸ਼ ਭੇਜਿਆ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਸੀਐਮ ਯੋਗੀ ਅਦਿੱਤਿਆਨਾਥ ਨੂੰ ਟੈਗ ਕੀਤਾ ਗਿਆ ਸੀ ਪਰ ਸਾਨੂੰ ਕੁਝ ਵੀ ਨਹੀਂ ਮਿਲਿਆ ਸੋਨੂ ਦਾ ਕਹਿਣਾ ਹੈ ਪਰਿਵਾਰ ਨੇ ਕਿਸੇ ਤਰ੍ਹਾਂ ਦਵਾਈ ਦਾ ਪ੍ਰਬੰਧ ਕੀਤਾ ਪਰ ਜੈਸਵਾਲ ਅਦੇ ਉਸ ਦੀ ਮਾਤਾ ਨੂੰ ਨਹੀਂ ਬਚਾਇਆ ਜਾ ਸਕਿਆ ਆਰਐਸਐਸ ਵਿੰਗ ਦੇ ਰੋਜ਼ਗਾਰ ਭਾਰਤੀ ਦੇ ਆਗਰਾ ਦੇ ਵਿਜੇਨਗਰ ਮੁਖੀ ਅਮਿਤ ਗੁਪਤਾ ਨੇ ਕਿਹਾ ਕਿ ਆਰਐਸਐਸ ਦਾ ਸਭ ਤੋਂ ਬੇਨਤੀ ਮੈਂਬਰ ਸੀ ਉਹ ਆਰਐਸਐਸ ਦੇ ਪ੍ਰਤੀ ਉਤਸ਼ਾਹੀ ਸੀ ਪਿਛਲੇ ਸਾਲ ਅਪ੍ਰੈਲ ਵਿੱਚ ਉਸ ਨੂੰ ਮਹਾਮਾਰੀ ਦੇ ਵਿੱਚ ਇੱਕ ਈ ਸ਼ਾਖਾ ਦਾ ਪ੍ਰਬੰਧ ਕਰਨ ਲਈ ਆਗਰਾ ਦੇ ਆਰਐਸਐਸ ਦੇ ਹੋਰ ਵਲੰਟੀਅਰ ਦੇ ਨਾਲ ਉਸ ਨੂੰ ਕ੍ਰੈਡਿਟ ਦਿੱਤਾ ਗਿਆ ਸੀ ਪਰ ਪਰਿਵਾਰ ਹੁਣ ਇਸ ਗੱਲ ਤੋਂ ਮਯੂਸ ਹੈ ਕਿ ਜਿਸ ਮੋਦੀ ਸਰਕਾਰ ਲਈ ਉਹ ਦਿਨ ਰਾਤ ਜਜ਼ਬੇ ਨਾਲ ਲੱਗਾ ਰਿਹਾ ਅੰਤ ਵਿੱਚ ਉਸ ਦੇ ਨਾਲ ਕੋਈ ਨਹੀਂ ਸੀ ਇਹ ਉਸ ਨਾਲ ਬੇਇਨਸਾਫੀ ਹੈ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਅਪਰਾਹਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ